कैसे हैं मेरे बहन भाई, उम्मीद करते हम सब ठीक होंगे, खुशबाश होंगे। अल्लाह पाक मेरे बहन भाई ने खुश रखे, शात आबाद रखे, इसी प्यारे दुआ नादे बुलादा कर दे। गाजी ने मेरे बहन भाई ने नसीम अब चैनल को सब्सक्राइब नहीं किया तो प्लीज सब्सक्राइब कर लो, बेल का बटन प्रेस कर लो ताकि हमारी हर आने वाली वीडियो आप सब बहन भाई तक पहुँच सके। बाकी जो भी सीन हो अपने बहन भाई ने शेयर करता सी, इतों लैके जाते थे, बालन खत्म होया सी ते असीं माशाल्लाह बालन लैके आए। आहदली जमशेद हीरा सामिया ते हानिया सी आए, मैं असीं आए बालन लैन माशाल्लाह ते बालन लंदन दे, देखो असीं बस 400 दे लैना आए, 400 दे लैना बस ते माशाल्लाह सारा बालन आ माल्टे दा लैना मोटा ते आवे गिल्ला थोड़ा जा ते माशाल्लाह से सारे आए हुए हैं बालन लैन ते मैं भी रख दी पहले ते थोड़े से किन्ना दा बालन लैन आना सी ते वो लैन आए ते हुण मैं भी रखानी। बाकी जो भी सी मैं अपने भैन भाई शेयर करांगे ते बालन पूरा हो गया रख लिया ते हुण असीं घर जाने। बाकी जो भी सी मैं अपने भैन भाई ने शेयर बालन ला के रख लिया सारा रिश्के तो लगा हुआ है। चलो हाँ सामी जमशेद बाबा तैयार रिश्का चला भी बनने तो असं बन लें माशाल्लाह हर बार इत लाने। चलो बैठो अज नहीं जमशेद कहना मैं थोड़े जि चला ला। नहीं अज तुसी छोटे हैं नहीं बस नहीं चलाना ते हुण असीं घर जाने। बाकी जो भी सी उन्हें अपने भैन भाई शेयर करा। जमशेद भी बह के आज रिश्का चला दिते, हीरा तू भी पिछे बह जा अगे चल गई ते हानिया भी बह के सामिया भी हीरा भी ते असीं ਬਾਲਣ ਵਾਲੇ ਤੋਂ ਹੁਣ ਆਟਾ ਵੀ ਲਿਆ ਕਰਾਂਗੇ ਨਵੀਆਂ ਪਾ ਕੇ ਸੋਨਾ ਉਹਨਾਂ ਨੇ ਪਤਾ ਕਿੰਨਾ ਆਪਣੇ ਬੰਦਿਆਂ ਨੂੰ ਕਿਹੜਾ ਕਿਹੜਾ ਹਾਲ ਕਰਦੇ ਅੱਗੇ ਆਟਾ ਲਈ ਜਦੋਂ ਬਾਲਣ ਲੱਗਣੀਆਂ ਤਾਂ
ਮੇਰੇ ਚੈਨਲ ਤੋਂ ਜ਼ਿਆਦਾ ਜ਼ਿਆਦਾ ਸਪੋਰਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ। ਮੇਰੇ ਭੈਣ ਭਾਈਆਂ ਦਾ ਬਹੁਤ ਸ਼ੁਕਰੀਆ, ਕਿਉਂਕਿ ਛੋਟੇ ਛੋਟੇ ਮੇਰੇ ਭੈਣ ਭਾਈਆਂ ਦੀ ਸਪੋਰਟ ਨਾਲ ਮੇਰੇ ਬੱਚੇ ਪਾਲ ਜਾਣਗੇ। ਅੱਲਾਹ ਤਾਲਾ ਮੇਰੇ ਭੈਣ ਭਾਈਆਂ ਨੂੰ ਇਸ ਨੇਕੀ ਦਾ ਅਜਰ ਖੁਸ਼ ਕਰਦਾ ਤਾਲਾ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਬਹੁਤ ਸ਼ੁਕਰੀਆ ਮੇਰੇ ਭੈਣ ਫੈਮਿਲੀ ਦਾ ਮੇਰਾ ਸਾਥ ਦਿੰਦੇ। ਅੱਲਾਹ ਮੇਰੇ ਭੈਣ ਭਾਈਆਂ ਨੂੰ ਸਾਥ ਦਿੰਦੇ। ਵੀਡੀਓ ਥੋੜ੍ਹੀ ਵਾਚ ਕਰਿਆ ਕਰੋ, ਐਡ ਸਬਸਕ੍ਰਾਈਬ ਕਰਿਆ ਕਰੋ। ਚਲੋ ਬੇਟਾ ਆਤਾ ਮੰਗੋ, ਜਿਹਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਤੁਸੀਂ ਮਿਲਣਾ ਹੈ ਨਾ। ਇੱਕ ਮਿੰਟ ਆਟਾ ਕਰਦਾ ਨਾ ਅਤੇ ਬੰਦਾ ਮਿਰਚ ਨਮਕ ਨਾਲ ਵੀ ਬੱਚਿਆਂ ਨੂੰ ਨਾ ਦੇ ਦਿੰਦਾ ਵਾ, ਪਿਆਜ਼ ਭੁੰਨ ਦਿੰਦਾ, ਆਂਡਾ ਬਣਾ ਦਿੰਦਾ। ਅਤੇ ਆਟਾ ਸਭ ਤੋਂ ਵੱਡੀ ਮੁਸ਼ਕਲ ਆ ਬੰਦੇ ਵਾਸਤੇ। ਅਤੇ ਆਹੀ ਸੀ ਮਾਸ਼ਾਅੱਲਾ ਇਹ ਹੋਇਆ ਵਾ, ਕਿੰਨਾ ਸੀ ਬੇਟਾ? 21 ਕਿਲੋ ਆਟਾ ਸੀ, ਕਿਉਂਕਿ ਪੂਰਾ ਗੱਟੂ ਸੀਗਾ, ਪੂਰਾ ਗੱਟੂ ਅੱਧਾ ਗੱਟੂ ਇੱਕ ਵਾਰੀ ਪਿਆਇਆ ਸੀ ਅਤੇ ਅੱਧਾ ਗੱਟੂ ਇੱਕ ਵਾਰੀ ਪਿਆ ਲਿਆ। ਅਤੇ ਹੁਣ ਇਹ ਮੁੱਕੂਗਾ ਅਤੇ ਅੱਲਾ ਜੀਆਂ ਨੂੰ ਤੰਦਰੁਸਤੀ ਦੇਵੇ। ਨਾਲ ਮੈਂ ਚਾਵਲ ਲੈ ਕੇ 5 ਕਿਲੋ ਦੇ ਰਾਸ਼ਨ ਲਿਆਉਂਦਾ, ਅਤੇ ਨਾਲ ਮੈਂ 5 ਕਿਲੋ ਚਾਵਲ ਲੈ ਕੇ ਜਦੋਂ ਬੱਚਿਆਂ ਨੂੰ ਨਾਲ ਨਾਲ ਪਾ ਲਈ ਅਤੇ ਮੇਰੇ ਪੈਸੇ ਬਣਾਤੇ। ਚਾਚਾ ਆਪਾਂ ਕੁਛ ਦਿਨ ਇਹਦੇ ਨਾਲ ਅੰਦਰ ਕੇ ਫਿਰ ਨਾਲ ਦਾ ਫਿਰ ਕਰਵਾਉਣਾ ਪੈਣਾ। ਅਤੇ ਇੱਕ ਬਿੱਲ ਨੂੰ ਚੀਨ ਦਿੰਦੇ, ਬਿੱਲ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ, ਕਿਉਂਕਿ ਇੰਨੇ ਮਹਿੰਗਾ ਇੰਨਾ ਜ਼ਿਆਦਾ ਬਿੱਲ ਆ ਗਿਆ। ਅਤੇ ਮੇਰੇ ਅੱਜ ਚੱਲਦਾ ਇੱਕ ਵਾਸ਼ਿੰਗ ਮਸ਼ੀਨ ਚੱਲਦੀ, ਇੱਕ ਮੋਟਰ ਚੱਲਦੀ ਪਾਣੀ ਵਾਲੀ, ਇੱਕ ਪੱਖਾ ਮੇਰਾ ਰਾਤ ਰਾਤ ਨੂੰ ਚੱਲਦਾ, ਅਤੇ ਅੰਦਰਲਾ ਵੀ ਮੇਰਾ ਖਰਾਬ ਵਾ, ਬਾਹਰ ਮੈਂ ਰਾਤ ਨੂੰ ਚੱਲਦਾ ਵਾ, ਇਹਨੇ ਵੀ ਚੱਲਦਾ ਰਾਤ ਨੂੰ। ਫਰਸ਼ੀ ਮੇਰਾ ਖਰਾਬ ਹੋਇਆ, ਮਿਸਤਰੀ ਕਿਹੜਾ ਦਾ ਖਰਾਬ ਹੋਇਆ, ਮਿਸਤਰੀ ਕਿੰਨੇ ਪੈਸੇ ਲਊਗਾ। ਫਰਸ਼ੀ ਸੁਬਾ ਭਾਈ ਆਇਆ ਸੀ ਅਤੇ ਉਹ ਕਿੰਨਾ ਵਧੀਆ ਇਹਦਾ ਕੰਮ ਸੜ ਗਿਆ ਵਾ, ਤੈਨੂੰ ਕੀ ਹੈ ਨਾ। ਇਸ ਸੋਲਰ ਤਾਂ ਸੀ ਇੱਧਰੋਂ ਵੀ ਬੱਚਿਆਂ ਨੇ ਕਿਤੇ ਬੰਦੂ ਸਿਫਟਾਂ ਤੋਂ ਬਾਹਰੋਂ ਵੀ ਉਹ ਖਰਾਬ ਹੋ ਗਿਆ। ਪਤਾ ਕਾਰਡ ਪਾਉਣਾ 1800 ਦਾ, ਮੈਂ ਕਿਹਾ ਜਿਹੜਾ 1800 ਦਾ ਕਾਰਡ ਪਾਉਣਾ ਉਹੀ ਮੈਂ ਆਟਾ ਲਿਆਉਂਦੀ ਅਤੇ ਲੱਕੜੀਆਂ ਮੰਗਵਾ ਲਈਆਂ। ਮੈਂ ਕਿਹਾ ਚਲੋ ਸਿਆਲ ਮੌਸਮ ਬਦਲ ਗਿਆ, ਨਾ ਹੀ ਪਾਉਣ ਨੂੰ ਤਿਆਰ। ਫਿਰ ਅਲੱਗ ਦਿਨ ਰਾਤ ਇੱਕ ਹੀ ਚੱਲਦਾ ਰਹਿੰਦਾ। ਅਤੇ ਦੂਸਰਾ ਮੇਰਾ ਫਰਸ਼ੀ ਖਰਾਬ ਹੋਇਆ, ਮਿਸਤਰੀ ਭਾਈ ਆਇਆ ਸੀ ਉਸਦਾ ਦੁਕਾਨ 'ਤੇ ਲੈ ਗਿਆ, ਕਹਿੰਦਾ ਦੁਕਾਨ 'ਤੇ ਚੈੱਕ ਕਰਾਂਗੀ ਕਿਉਂਕਿ ਮਿਸਤਰੀ ਭਾਈ ਪੁੱਛੇ ਦਾ ਕਿੰਨਾ ਕੁ ਕੰਮ ਕਰਦਾ, ਕਿੰਨਾ ਕੁ ਪੈਸਾ ਪੁੱਛੇ ਦਾ ਹੋਇਆ। ਅਤੇ ਆ ਬੇਟਾ ਹੁਣ ਉਹ ਭੈਣਾਂ ਨੇ ਮੈਨੂੰ ਇਹ ਸਲਾਹ ਦਿੱਤੀ, ਅੱਛੀ ਕਿ ਨਹੀਂ ਲੱਗਦੀ ਬਾਹਰ, ਜਿਵੇਂ ਬੱਚਿਆਂ ਨੂੰ ਆਸਾਨੀ ਲੱਗੇ ਉਹ ਮੇਰੇ ਖਿਆਲ ਆਈ, ਅਤੇ ਬਾਹਰ ਨਹੀਂ ਅੱਛੀ ਲੱਗਦੀ। ਮੈਂ ਤਾਂ ਫਿਰ ਉੱਠਿਆ ਕਿਹਾ ਸੀ ਦੂਜੀ ਦਾ, ਮੈਂ ਪੁੱਛਿਆ ਸੀ ਮੇਰੇ ਦੋਨਾਂ ਭੈਣਾਂ ਨੇ ਇਹ ਸਲਾਹ ਦਿੱਤੀ ਆਪਾਂ ਜੀ, ਉੱਪਰ ਤਾਂ ਨਹੀਂ ਅੱਛੀ ਲੱਗਦੀ ਅਤੇ ਜਿੱਥੇ ਬੱਚਿਆਂ ਨੂੰ ਆਸਾਨੀ ਲੱਗਦੀ ਉੱਥੇ ਰੱਖ ਦਿਉ। ਅਤੇ ਮੈਂ ਫਿਰ ਉੱਥੇ ਰੱਖਤੀ ਜਿੱਥੇ ਬਈ ਸੀ, ਮੈਂ ਕਿਹਾ ਦੋਨੀਆਂ ਭੈਣਾਂ ਨੂੰ ਵੀ ਅੱਛੀ ਲੱਗੀ, ਕਿਉਂਕਿ ਪੂਰੀ ਫੈਮਲੀ ਪੂਰੀ ਫੈਮਲੀ ਮੇਰੇ ਭੈਣ ਭਾਈ ਆ ਅਤੇ ਮੇਰੀ ਫੈਮਲੀ ਆ, ਅਗਰ ਉਹਨਾਂ ਨੂੰ ਫੈਮਲੀ ਦੀ ਸਲਾਹ ਦਿਨਾ ਉਹਨਾਂ ਨੂੰ ਅੱਛੀ ਨਹੀਂ ਲੱਗੀ ਮੇਰੀਆਂ ਭੈਣਾਂ ਨੂੰ ਉੱਪਰ ਪਈ ਸੀਗੀ। ਅਤੇ ਫਿਰ ਮੈਂ ਕਿਹਾ ਜਦੋਂ ਜਿੱਥੇ ਬਈ ਸੀ ਉੱਧਰ ਰੱਖਦੀ ਇਹ ਹੀ ਆਟਾ ਆਪ ਕਰ ਲਿਆ ਕਰੋ। ਬੱਚਿਆਂ ਨੂੰ ਮੁਸ਼ਕਲ ਹੁੰਦੀ ਹੈ, ਇਸ ਵਾਸਤੇ ਬੱਚੀਆਂ ਕਹਿ ਰਹੀਆਂ ਸੀ ਮੰਮਾ ਤੁਸੀਂ ਦੁਆ ਨਾ ਕਰੋ। ਅਤੇ ਫਿਰ ਉਹਨਾਂ ਨੂੰ ਵੀ ਅੱਛੀ ਲੱਗੀ, ਮੈਂ ਕਿਹਾ ਦੋਨਾਂ ਭੈਣਾਂ ਨੇ ਇਹ ਹੀ ਸਲਾਹ ਦਿੱਤੀ ਵੀ ਅੱਛੀ ਨਹੀਂ ਲੱਗਦੀ, ਮੈਂ ਤਾਂ ਜਿੱਥੇ ਬੱਚਿਆਂ ਨੂੰ ਸਾਨੂੰ ਉੱਥੇ ਰੱਖ ਲਓ। ਮੈਂ ਕਿਹਾ ਕੋਈ ਬੇਟਾ ਸੈਟ ਖੋਲ, ਮੈਂ ਕਿਹਾ ਕੋਈ ਮੈਂ ਖੁਦ ਰੱਖ ਲਿਆ ਰੱਖ ਲਿਆ ਕਰੂੰਗੀ ਆਟਾ।
ਤੇ ਫਿਰ ਨਾਲ ਮੈਂ ਕਮੀਜ਼ ਲਿਆ ਦਿੱਤੀ ਉਹਦੇ ਵਿੱਚ ਹੀ ਰੱਖ ਦਿੱਤੀ ਕਮੀਜ਼ ਤੇ ਇੱਥੇ ਮੈਂ ਰੱਖ ਦਿੱਤੀ ਇਹ ਹੁਣ ਮੈਂ ਬਣਾ ਲੈਂਦੀ ਭਾਈ ਸਬਜ਼ੀਆਂ ਨਾ ਲਿਆ ਭਾਈ ਸਬਜ਼ੀਆਂ ਨੇ ਬਹੁਤ ਵੇਟ ਕਰਤੀ ਹੈ ਇੱਥੇ ਮਸ਼ੀਨ 'ਚ ਕੀ ਮੈਂ ਉੱਧਰ ਰੱਖੀ ਸਾਈਡ 'ਤੇ ਕਿਉਂਕਿ ਬਰਾਂਡੇ 'ਚ ਲੱਗੀ ਆ ਮਸ਼ੀਨ ਦੀ ਮਸ਼ੀਨ ਨਾਲ ਫਿਰ ਮੈਂ ਲੱਕੀ ਤੋਂ ਰੱਖੀ ਆ ਮੈਂ ਮੇਜ਼ ਚੱਕ ਕੇ ਮਸ਼ੀਨ ਟਾਈਮ ਬਾਅਦ ਇਸੇ ਟਾਈਮ ਬਾਅਦ ਕਰਦੀ ਹੈ ਜਿੱਥੇ ਪੱਖਾ ਚੱਲਦਾ ਅਤੇ ਬੱਚਿਆਂ ਦੇ ਜੂਨ ਕੰਪਰੈਸ ਕਰਦੀ ਹੈ ਕਿਉਂਕਿ ਮੇਰੇ ਅੰਦਰ ਪੱਖਾ ਨਹੀਂ ਚੱਲਦਾ ਮੌਸਮ ਬਦਲਦਾ ਹੈ ਬਾਰਿਸ਼ਾਂ ਪੱਕੀਆਂ ਹੋਈਆਂ ਦੋ ਦਿਨ ਹੋਰ ਬਾਰਿਸ਼ਾਂ ਪਈਆਂ ਤੇ ਮੌਸਮ ਚੇਂਜ ਹੋ ਗਿਆ ਤੇ ਅੰਦਰ ਪੱਖਾ ਨਹੀਂ ਚੱਲਦਾ ਖਰਾਬ ਬਹੁਤ 1800 ਦਾ ਕਾਰਡ ਪਵਾ ਲੇ ਗਰਮੀ ਆਈ ਤੇ ਫਿਰ ਦੇਖੀ ਜਾਊਗੀ ਉਹ ਸਬਜ਼ੀ ਵਾਲਾ ਭਾਈ ਆ ਬੇਟਾ ਦੇਖੋ ਤੇ ਬੱਚਿਆਂ ਦੇ ਜਿਹਨੇ ਪਾਉਣੀ ਸ਼ੁਰੂ ਕਰਤਾ ਕਿ ਦੋ ਛੁੱਟੀਆਂ ਸੀ ਬੱਚਿਆਂ ਨੂੰ ਅੱਗੇ ਤੋਂ ਬਾਅਦ ਦੋ ਛੁੱਟੀਆਂ ਸੀ ਅੱਜ ਆਖਰੀ ਐਤਵਾਰ ਅੱਜ ਇਸ ਵਾਰ ਬੱਚਿਆਂ ਨੇ ਸਕੂਲ ਜਾਣਾ ਤੇ ਮੈਂ ਤਾਂ ਬੱਚਿਆਂ ਨੇ ਜਿਹਨੂੰ ਕੰਪਰੈਸ ਕਰਤਾ ਸਬਜ਼ੀ ਵਾਲਾ ਭਾਈ ਹਜੇ ਆਇਆ ਨਹੀਂ ਉਨੀ ਦੇਰ ਚੱਲ ਮੈਂ ਸਰ ਜੋਬ ਕਰ ਦਿੰਦੀ ਹਾਂ ਜਿਹਨੂੰ ਕੰਪਰੈਸ ਕਰ ਦਿੰਦੀ ਕੱਦੂ ਪਿਆ 100 ਰੁਪਏ ਕਰੇਲੇ ਪਏ ਨੇ ਉਹ 50 ਰੁਪਏ ਕਿਲੋ ਦੋਵੇਂ ਸਬਜ਼ੀਆਂ ਨੇਰਾ ਹੋਇਆ ਪਿਆ ਸਬਜ਼ੀਆਂ ਕੱਲ੍ਹ ਭਾਈ ਆ ਘਰ ਦੇ ਫਲੀਆਂ ਕਿੱਦਾਂ ਲਾਈਆਂ ਕੱਲ੍ਹ ਨੂੰ ਬਣਾ ਲਾ ਲੈ ਕੇ ਰੱਖਿਆ ਹੋਣੀਆਂ ਨਾ ਬੰਦਾ ਸ਼ਹਿਰ ਦੇ ਟਾਈਮ ਨਾ ਇਹਨੂੰ ਤਰੇਲ ਤੇ ਰੱਖ ਦਈਓ ਸ਼ਹਿਰ ਦੇ ਟਾਈਮ ਬੰਦਾ ਫਿਰ ਇਹਨਾਂ ਨੂੰ ਬਣਾ ਲਾ ਤਰੇਲ ਤੇ ਰੱਖੀ ਗਏ ਦੁਕਾਨ ਕਿੰਨੇ ਕਿਲੋ ਦੋ ਕਿਲੋ ਭਾਜੀ ਕਿਲੋ ਤੇ ਥੋੜੀਆਂ ਰਹਿਣੀਆਂ ਵੀਰੇ ਦੋ ਕਰ ਆਲੂ ਨਵੇਂ ਹੈ ਵੀਰੇ ਆਲੂ ਆਲੂ ਤਾਂ ਕੱਲ੍ਹ ਦੇ ਦਾਂਗੇ ਆਲੂ ਫਿਰ ਮੈਂ ਪਾਣੀ ਕਰਾਂਗਾ ਤੇ ਪਾਣੀ ਆਲੂ ਇਨਸ਼ਾਅੱਲਾ ਇਹ ਤੂੰ ਤਾਂ ਬਣਾ ਰੱਖਿਓ ਤਾਂ ਆਲੂ ਤਾਂ ਮਿਲ ਜਾਣਗੇ ਕਿਲੋ ਬਹੁਤ ਆਲੂ ਹਾਂਜੀ ਆਲੂ ਕਿਲੋ ਬਹੁਤ ਨਵੇਂ ਲਿਆਈਏ ਵੀਰੇ ਮੈਂ ਪਰਾਂ ਨਵੇਂ ਇਹ ਲੈ ਜਾ ਕਾ ਬਣਨਾ ਹਾਂਜੀ ਮਿੱਠੇ ਆਲੂ ਭਾਈ ਫਿਰ ਜਿਹੜੇ ਮਿੱਠੇ ਮੂੰਹ ਜਾਂਦੇ ਜਾ ਕੇ ਖਰਾਬ ਹੋ ਜਾਂਦੇ ਲੈ ਲਾਂਗਾ ਤਾਂ ਨਮਕੀਨ ਸਸਤੇ ਵੀ ਪੈਂਦੇ ਆ ਹਾਂਜੀ ਨਵੇਂ ਮੂੰਹ ਚੰਗੇ ਇਹ ਵੀ ਨਾਲ ਸਾਮੀਆਂ ਵਿਚਾਰੀ ਨੂੰ ਝੋਲ ਨਹੀਂ ਆਉਂਦੀ ਮੰਮਾ ਥੋੜੀ ਵੱਡੀ ਲੈ ਆਈ ਉਹ ਆਣੀਆਂ ਤੇ ਜਮਸ਼ੇਦ ਮੰਮਾ ਤੋਂ ਚੋਰੀ ਚੋਰੀ ਲੈ ਕੇ ਚੱਲ ਜਾਂਦੇ ਹੁੰਦੇ ਸੀ ਵਿਚਾਰੀ ਦੀ ਸਾਈਕਲ ਟੁੱਟ ਗਈ ਜਿਹੜੀ ਐਵੇਂ ਰਸੇ ਨਾਲ ਰੇੜੀ ਫੇਰੀ ਸ਼ਾਮ ਕਿੰਨਾ ਚਿਰ ਸਾਨੂੰ ਸਾਮੀ ਜੀ ਉੱਤੇ ਬੈਠ ਜਾਓ ਚਾਹ ਉੱਤੇ ਬੈਠੇ ਮੈਂ ਤੁਹਾਨੂੰ ਝੂਲੇ ਦੇਵਾਂ ਉੱਪਰ ਬੈਠੋ ਉੱਪਰ ਭਾਈ ਕੋਲੋਂ ਸਬਜ਼ੀ ਦੀ 1.5 ਕਿਲੋ ਲਿਆ ਪਿਆ ਤੇ 2 ਕਿਲੋ ਲਿਆ ਪਿਆਜ਼ ਵੀ ਜ਼ਰੂਰੀ ਹੈ ਕਰੇਲਾ ਸੱਤਣ ਬਹੁਤ ਜ਼ਿਆਦਾ ਪਏ 1.5 ਕਿਲੋ ਲਿਆ ਪਿਆਜ਼ ਭਾਈ ਕੋਲ 600 ਦੀ ਸਬਜ਼ੀ ਹੈਗੀ ਮੇਰੇ ਪਰ ਅਸੀਂ ਮਾਵਾ ਦੁਆ ਕੀਤੀ ਸੀ ਲੈ ਕੇ ਚੱਜ ਫਲੀਆਂ ਲੈ ਕੇ 6 ਜੀਆਂ ਦੀ ਮਾਸ਼ਾਅੱਲਾ ਸਬਜ਼ੀ ਹੈਗੀ ਸਾਡੀ 600 ਦੀ 1.5 ਕਿਲੋ ਪਿਆਜ਼ ਲਏ 2 ਕਿਲੋ ਫਲੀਆਂ ਲਈਆਂ ਰਵਾਨ ਦੀਆਂ ਫਲੀਆਂ ਮਾਸ਼ਾਅੱਲਾ ਮੋਟੇ ਮੋਟੇ ਦਾਣੇ ਵਾਲੀਆਂ ਆ ਜੇ ਬੇਟੀ ਕਹਿੰਦੀ ਸੀ ਮੰਮਾ 10 ਕਿਲੋ ਫਲੀਆਂ ਲੈ ਕੇ ਬਣਾਓ ਰਵਾਵਾਂ ਦੀਆਂ ਰੋਟੀਆਂ ਬਣਾਓ ਤੁਸੀਂ ਬਣਾਉਂਦੇ ਨਹੀਂ ਗੇ ਤੇ ਭਾਈ ਅੱਜ ਲੈ ਕੇ ਆਇਆ ਅੱਜ ਤਾਂ ਸਵੇਰਾ ਆ ਜਾਇਆ ਕਹਿੰਦੀ ਬੇਟਾ ਮੰਮਾ ਲੈ ਲਾ ਹੁਣ ਤਾਂ ਟਾਈਮ ਨਹੀਂ ਇੰਨਾ ਫਲੀਆਂ ਦਾ ਸੁਬਾਹ ਬਣਾਉਂਗੀ ਹੁਣ ਤਾਂ ਮੈਂ ਬਣਾਈ ਨਮਕੀਨ ਟਾਂਗਰੀ ਮੰਗਵਾਈ ਆ ਮੈਂ ਭਾਈ ਨੂੰ ਦੇਖਦੀ ਨਹੀਂ ਸ਼ਾਇਦ ਭਾਈ ਤੋਂ ਸਬਜ਼ੀ ਸਹੀ ਲਾਵੇ ਅੱਜ ਵੀ ਲਿਆ ਭਾਈ ਉਹ ਕਿੰਨੀ ਦਫ਼ਾ ਬਣਾਈ ਆ ਮੈਂ ਕਿਹਾ ਕੱਲ੍ਹ ਪਰਸੋਂ ਜਿਕਰ ਫਿਰ ਵੀ ਬਣਾ ਲਾਂਗੀ
ਤੇ ਹੁਣ ਮੈਂ ਲਿਆ ਪਿਆਜ਼ 1.5 ਕਿਲੋ ਤੇ 2 ਕਿਲੋ ਲਈਆਂ ਲੋਬੀਆ ਦੀ ਫਲੀਆਂ। ਇਹਨਾਂ ਨੇ ਭਾਈ ਕਹਿੰਦਾ ਸੀ ਬਾਜੀ ਦਰੇਰ ਤੇ ਰੱਖ ਦੀ ਹੋਰ ਤੁਸੀਂ ਬਾਹਰ ਮੁੱਠ ਕੱਢ ਦਿਓ, ਕਿਉਂਕਿ ਦੁਪਹਿਰ ਦਾ ਟਾਈਮ ਇਹੋ ਜਿਹਾ ਕੰਮ ਵਿਹਲੇ ਟਾਈਮ ਹੁੰਦਾ, ਹੁਣ ਟਾਈਮ ਬਹੁਤ ਥੋੜ੍ਹਾ ਅਸਰ ਹੋ ਗਈ ਹੈ। ਹੁਣ ਯੂਨੀਫਾਰਮ ਇਸਤਰੀ ਕਰਨੇ, ਮੈਂ ਖਾਣਾ ਵੀ ਬਣਾਉਣਾ, ਹੁਣ ਮੈਂ ਨਮਕੀਨ ਟਾਂਗਰੀਆਂ ਦੇ ਦਿੱਤੀ ਉਹਨੂੰ ਬਣਾ ਲਿਆ, ਉਹ ਬਣਾਉਣੀ ਹੈ ਬੱਚਿਆਂ ਨੂੰ ਜਿੰਨੀ ਬਣਾ ਕੇ ਸ਼ਾਮ ਦੇ ਖਾਣੇ ਵਾਸਤੇ, ਅਤੇ ਜਿਵੇਂ ਲੋਕਾਂ ਦੀਆਂ ਥਲੀਆਂ ਸੁੱਕਾ ਬਣਾਉਂਗੀ, ਅਤੇ ਪਿਆਜ਼ 1.5 ਕਿਲੋ ਲਏ ਮੈਂ ਟੋਕਰੀ ਚ ਭਰ। ਫਿਰ ਅਲੀ ਮੇਰਾ ਜਿੰਨੀ ਰਾਤ ਨੂੰ ਸੁਣਾ ਲੱਗੀ ਵਿੱਚ ਰੇਤ ਦਾ ਸੀ ਅਤੇ ਆਟੇ ਨਾਲ ਸੁਲਝਾ ਦਿੱਤੀ। ਇਸਤਰੀ ਮੇਰੀ ਲੱਗੀ ਹੋਈ ਹੈ ਤਾਂ ਮੈਂ ਕਰ ਦਿੰਦੀ ਹਾਂ ਜਿਵੇਂ ਕੰਮ ਪਹਿਲਾਂ ਪਲੱਸ ਤੇਲ ਬਣਾਉਣ ਸਾਧਨ ਆ ਗਿਆ ਬੇਟੀ ਨੂੰ ਕਹਿੰਦੇ ਆਪਾਂ ਦੁਕਾਨ ਆ ਸਾਡੇ ਪਿੰਡ 'ਚ ਕੁੜੀ ਜ਼ਰੂਰ ਆ, ਅਤੇ ਮੈਂ ਕਿਹਾ ਬੇਟਾ ਭੱਜੀ ਜਾਏਗੀ ਤਾਂ ਚੋਰੀ ਨਾ ਰਾਸਤੇ ਵਿੱਚ ਤਾਂ ਬੇਟਾ ਮੈਨੂੰ ਲਿਆ ਦੇ ਕਾਂਗਰੀ ਅਤੇ ਮੈਂ ਬਣਾ ਲਵਾਂ ਖਾਣਾ। ਇਸਤਰੀ ਬੰਦ ਕਰਕੇ ਸੀ ਪਿੰਡ ਹੀ ਹੋ ਜੀ ਯੂਨੀਫਾਰਮ ਸਿਲਾ ਬੱਚਿਆਂ ਦੇ ਸਾਲਾਂ ਸਾਲਾਂ ਦੇ ਵਿੱਚ ਖਾਣੇ 'ਚ ਲੱਗੀ ਬਣਾਉਣ ਵਾਸਤੇ ਕੁੜੀਆਂ। ਆਲੂ ਤਾਂ ਬਾਈ ਕੋਲ ਮਿੱਠੇ ਨਵੇਂ ਸੀ ਅਤੇ ਮੈਂ ਨਵੇਂ ਨਹੀਂ ਆਲੂ ਲਏ ਅਤੇ ਪੁਰਾਣੇ ਸੀ, ਪੁਰਾਣੇ ਆਲੂ ਤੋਂ ਮਿੱਠੇ ਬਣਦੇ ਮੈਂ ਨਹੀਂ ਲਏ ਅਤੇ ਮੈਂ ਕਿਹਾ ਬਸ ਚੱਲੀਆਂ ਜਾਂ ਬਣਾ ਲੈਂਦੇ, ਮੇਰਾ ਹੋਇਆ ਵਧੀਆ ਲੋਬੀ ਜੇ ਪਹਿਲਾਂ ਲਈਆਂ ਮੈਂ ਬਣਾਉਂਗੀ ਕੱਲ੍ਹ, ਕਿਉਂਕਿ ਹੁਣ ਲੇਟ ਹੋ ਗਈ ਆ ਮੈਂ ਹੋਰ ਕੰਮ ਕਰ ਰਹੀ। ਨਾਲੇ ਭਾਈ ਬੜਾ ਲੇਟ ਆਉਂਦਾ ਕਿਹਾ, ਮੈਂ ਕਿਹਾ ਬਾਈ ਮੈਂ ਗਲਾਸ ਬਣਾਉਣਾ ਹੁੰਦਾ ਜਲਦੀ ਆਈ ਲਓ। ਬੇਟਾ ਚਮਚਾ ਕਿੱਥੇ ਸਾਲਾਂ ਵਾਲਾ ਚਮਚਾ ਦਿਓ, ਇਸ ਵਾਸਤੇ ਮੈਂ ਦਿਵਾਲਾ ਸੀ ਫਿਰ ਮੰਗਵਾ ਕੇ ਰੱਖ ਲਿਆ। ਆਟਾ ਗੁੰਨ ਕੇ ਰੱਖ ਲਿਆ, ਹਾਜ਼ਰ ਬੇਟੀ ਨੇ ਆਟਾ ਗੁੰਨਿਆ ਮੈਂ ਬਣਾਉਂਦੀ ਖਾਣਾ ਅਤੇ ਮਗਰ ਜਾਮ ਹੋਣਾ ਵੀ ਹੈ ਅਤੇ ਵਿਧੀ ਗੱਲ ਇੱਥੇ ਕਰਦੀ ਹੈ ਸਾਡੀ ਅੱਜ ਦੀ ਵਿਧੀ ਗੱਲ ਮੇਰੇ ਨਾਲ ਦਾ ਗੱਲ ਪਸੰਦ ਆ ਅਤੇ ਮੈਂ ਕੋਲ ਸਿਰ ਤੈਨੂੰ ਦੁਆਵਾਂ ਚੱਪੇ ਘਰ ਨੂੰ ਯਾਦ ਰੱਖੀ, ਉਹ ਮੇਰੀਆਂ ਦੁਆਵਾਂ ਮੇਰੇ ਘਰ ਦਾ ਮਿਲਾ ਮਿਲਾ ਸੀ ਵਿਧੀ ਗੱਲ ਅੱਲਾ ਹਾਫੀ।